ਬਾਰਵੇਂ ਇਮਾਮ ਦੇ ਜ਼ੋਹਰ ਸਲਾਮਤੀ ਵਾਸਤੇ ਸਲਵਾਤ ਪੜ੍ਹੋ। ਦੁਰੂਦ ਪਾਕ ਦਾ ਪੜ੍ਹਨਾ ਅਜ਼ੀਮ ਇਬਾਦਤ ਹੈ। ਸਾਰੇ ਮਿਲ ਕੇ ਬੁਲੰਦਰ ਸਲਵਾਤ ਪੜ੍ਹੋ। ਤੁਸੀਂ ਇੱਧਰ ਆਉਣਾ, ਸਾਡੇ ਇੱਥੇ ਸਾਹਮਣੇ ਆ, ਆ ਜਾਓ ਆ ਜਾਓ, ਅਮਲੀ ਥਾਂ ਸਾਹਮਣੇ ਆਓ ਸਾਡੇ, ਆ ਜਾਓ ਆ ਜਾਓ ਆ ਜਾਓ। ਜ਼ਿਕਰ ਪਾਕ ਦੀ ਕਬੂਲੀਅਤ ਵਾਸਤੇ ਬੁਲੰਦਰ ਸਲਵਾਤ ਪੜ੍ਹੋ। ਤੁਹਾਡੇ ਅਜ਼ੀਜ਼ੋ ਘਰ, ਮਾਨਿਆਂ ਦੇ ਅਜ਼ੀਜ਼ੋ ਘਰ, ਸਾਡੇ ਸ਼ੀਆ ਕੌਮ ਦੇ ਹਾਜੀ ਜ਼ਵਾਰ ਮਲੰਗ ਮਾਤਮੀ, ਬਿਲਖਸੂਸ ਬਿਲਖਸੂਸ ਜਿਹੜੇ ਅਲੀ ਵਲੀ ਉੱਲਾ ਦੇ ਕਾਇਲ ਹੈ, ਉਹਨਾਂ ਦੀ ਬੁਲੰਦੀ ਦਰਜਾਤ ਵਾਸਤੇ ਸਲਵਾਤ ਫੜੋ। ਨਾਰੇ ਤਕਬੀਰ, ਆਪਣੇ ਆਪ ਕੰਮ ਨਾ ਸਮਝੋ, ਜਿਵੇਂ ਖਾਲਿਕ ਦਾ ਨਾਂ ਬੁਲਾਉਂਦੇ ਸਾਰੇ ਮਿਲ ਕੇ ਜਵਾਬ ਦਿਓ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਹੁਸੈਨੀਅਤ, ਯਜ਼ੀਦੀਅਤ, ਅਹਿਲੇ ਬੈਤ ਦੇ ਦੁਸ਼ਮਨਾਂ ਤੇ ਲਾਨਤ, ਪਾਕ ਜ਼ਹਰਾ ਸਲਾਮੁੱਲਾ ਦੇ ਕਾਤਲਾਂ ਤੇ ਲਾਨਤ, ਮਰੇ ਲਸਵਾਕ ਦੀ ਕਬੂਲੀਅਤ ਵਾਸਤੇ ਸਲਵਾਤ ਫੜੋ। ਸੂਰਤ ਫਾਤਿਹਾ, ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਅਲਹਮਦੁਲਿਲ੍ਲਾਹ مالك يوم الدين إياك نعبد وإياك نستعين اهدنا الصراط صراط الذين أنعمت عليهم غير المغضوب عليهم ولا الضالين اللهم صل على محمد وآل محمد مٹی تب کرونا لیا کنا تا محمد دی وسدی آئے ਕਡਾਤ ਹਸਨ ਹੁਸੈਨ ਦੀ ਮਾਂ ਵਸਦੀ ਹੈ ਵਜਿਲ ਫਰਜਾ ਲੈ ਮੁਹੰਮਦ ਬਜ਼ੁਰਗੋ ਜਡਾ ਵਸਦੀ ਆਈ ਬਾਬਾ ਦਰਵਾਜ਼ੇ ਤੇ ਖੜ ਵੈਂਦਾ ਬਿਸਮਿਲ੍ਲਾ ਰਹਿਮਾਨਿਰ-ਰਹੀਮ
جوان دے شادی ہوے نیاد حسین تھوڑی تھوڑی جان چھوڑ کے تھک گیا ونجو تاکہ باقی بھی مومنین کو رستہ ملے ونجو مہربانی ہوگی یہ تھک گیا ونجو دو دو قدم اگا ونجو نیاد حسین مہربانی کرو زندہ سلامت رو میرا استانہ ویر میرا بختانہ ویر میرا سونا ویر آ گئے ہن تھوڑی دیر بعد ان دی شہادت پڑسی جندے آسرے تے علی دی دھیاں مدینہ چھوڑا ہا ماں حسین دی راضی ہوئے میں تے بانی دی حیثیت نال اس بھائی دا بھی جتنے ذاکر علماء پڑھ گئے جتنے حاضر بیٹھے ہو جس ہن کے ٹر گئے جنیاں پردے سڑیاں ماواں بہنیاں بیٹھی ہیں اسا سید وڈے شکر گزار ہاں اسا پھوری بھی چھائی تو سا کو پرسا دیتا ان دے چہرے میں شریک آئے ہو جن پونے دو سال بعد بھین چہرہ کیتا ماں حسین دی راضی ہوئے کسے کمینے دے محتاج نہ ہو اس ذکر دے صدقہ اتنی دیر کسے محمد یا خبان نہ ہوئے جب تک کربلا تے شام دے زوار نہ بنے میرے بزرگ بابا سید ضمیر حیدر شاہ دے مالک درجات بلند فرما بابا افسر شاہ آصف شاہ نظر عباس تنویر شاہ منیر شاہ انہاں دے بھراواں دے جوڑ سلامت فرما پتراں دیاں خوشیاں نصیب فرما جتنے حاضر بیٹھے ہو کسے کمینے دا محتاج نہ ہو اس ذکر دا صدقہ جو نیک حاجات گھن آئے ہو حسین دی زخمی ماں اپنی بارگاہ وچ قبول فرماوے پتر جوان دی ہک دے ہک وین ممبر اپنے ابائیاں دے حوالے پتر جوان دی شادی ہووے بزرگ حکم میں اس شہزادے دا ہی کوائن پڑھنا ہے جن دی عمر 13 سال ہی اسکر بھائی اجے جیندہ ہاتھ مسلمانہ گھوڑے بجا چھوڑے اللہ اکبر میں پیانا پتر جوان دی شادی ہوئے ماں چمنی سہر پاکے مرحبا مرحبا اندے سارے شگان منے دیئے دار بلا اے وائن تواڈے نالو زیادہ ساڈیاں ماواں جڑیاں پردے چائیاں بیٹھیاں ہیں او زیادہ جاندیاں ہیں اوندے سارے شگان منے دیئے گھر رشتہ دار بلاؤ کے ماتمی نوجوانوں کربلا دا میدان حسین قاسمی لاشی میں چاہیے ماں دے ہتھاں دے رکھیے میری سین گنری کھولیے اصغر بھائی ایک ٹکڑا چاہیے حسین بادشاہ دو دٹھائے بزرگ بیا ٹکڑا چاہیے اسماں دو دٹھائے چہرے تے ماتم کیتا ہے قاسم دی ماں کیڑا وین کیتا ہے بی بی آدی تڑی رات گواہ ہے او جیوے میں پرنایا ویچ کر بل پتار لیا کے
ਹੁਣ ਨਹੀਂ ਲੱਭਦਾ ਹੱਥ ਗਾਲ ਵਾਲਾ ਉਹ ਡਿੱਠੇ ਟੁਕੜੇ ਜਿਹੜੀ ਆਦੀ ਦੱਸਿਆ ਤੇਰੇ ਬਾਰ ਵਾਕੇ ਲਵਲਣਾ ਮਰਹਬਾ ਮਰਹਬਾ ਮਾਂ ਹੁਸੈਨ ਦੀ ਰਾਹ ਦੀ ਹੋਵੇ ਅਸਗਰ ਬਾਈ 2021 ਮੇਰੀ ਜ਼ਾਕਰੀ ਦਾ ਪਹਿਲਾ ਸਾਲ ਆਈ 20 ਸਫਰ ਰਾਇਮੰਡ ਬਸਤੀ ਅਮੀਨਪੁਰ ਉੱਥਾਂ ਮੈਂ ਚਹਿਲਮ ਦੀ ਮਜਲਿਸ ਪੜ੍ਹਦਾ ਪੀ ਆਈ ਉੱਥਾਂ ਸਾਈਆਂ ਇਹ ਲਫਜ਼ ਅਤਾਵ ਕੀਤੇ ਨੇ ਮੈਂ ਇਹੋ ਵੈਨਵਾਦ ਪੜ੍ਹਨਾ ਹੈ ਜਿਹੜੇ ਬਜ਼ੁਰਗ ਬੈਠੇ ਹੋ ਤੁਹਾਡੇ ਕੋਲ ਇਜਾਜ਼ਤ ਗੇਨ ਕੇ ਮੈਂ ਜਾਣਦਾ ਪਰਦੇ 'ਚ ਮੇਰੀਆਂ ਢੇਰ ਮਾਵਾਈਆਂ ਬੈਠੀਆਂ ਕੋਈ ਮੇਰੀ ਮਾਂ ਹੈ ਕੋਈ ਮੇਰੀ ਭੈਣ ਹੈ ਆਪਣੀਆਂ ਮਾਵਾਂ ਦੇ ਸਾਹਮਣੇ ਹੱਥ ਜੋੜ ਕੇ ਸਵਾਲ ਕਰੇਂਦਾ ਮਾਂ ਤੇਰਾ ਪੋਤਰਾ ਤੇਰੇ ਦੇ ਸਵਾਲ ਕਰੇਂਦਾ ਮੈਂ ਕੋਈ ਦੱਸਾਂ ਕਿਸੇ ਮਾਂ ਦਾ ਪੁੱਤਰ ਰਾਤ ਸਿਰੇ ਪਾਵੇ ਓਡੀ ਚੜੇ ਮਾਂ ਦੇ ਸਾਹਮਣੇ ਪੋਤਰ ਦੀ ਲਾਸ਼ ਆਵੇ ਮਾਂ ਜੀਵਨ ਜੋਗੀ ਰਹਿ ਵੈਸੇ ਕਾ ਸਦੇ ਮਾਂ ਟੁਕੜਾ ਚਾਇਨ ਸਮਾਨ ਤੂੰ ਕੀਤਾ ਤੇ ਕਿਹੜਾ ਵੈਣ ਕੀਤਾ ਹੈ ਬੀਬੀ ਆਦੀ ਤੜੀ ਰਾਤ ਗਵਾ ਹੈ ਹਾ ਜੀਵੇ ਮੈਂ ਪਰ ਲਾਇਆ ਵਿੱਚ ਕਰ ਬਲ ਪੁਤਾਰ ਲਿਆ ਕੇ ਹੁਣ ਨਹੀਂ ਲੱਭਦਾ ਹੱਥ ਗਾਲ ਵਾਲਾ ਉਹ ਡਿੱਠੇ ਟੁਕੜੇ ਭਲਾ ਹੋਵੇ ਇੱਕ ਵੈਨ ਜਿਹੜੇ ਵੈਨ ਦਾ ਹੁਕਮ ਹੈ ਮੇਰਾ ਭਾਈ ਹੈ ਕੋਈ ਜ਼ਿਆਦਾ ਵਕਤ ਨਾ ਬਿਠਾਵਾਂ ਇਵੇਂ ਹੁਸੈਨ ਕਾਸਮ ਦੀ ਲਾਸ਼ਾਈ ਕਾਸਮ ਦੀ ਮਾਂ ਗੜਰੀ ਖੋਲੀ ਟੁਕੜੇ ਨਜ਼ਰ ਆਏ ਆਂਦੀ ਅੰਮਾ ਫਿਜ਼ਾ ਵਾਂਜ ਮੇਰੀ ਇੱਕ ਨੌ ਕੁ ਸਾਡ ਉਹ ਕੁਆਖ ਜਲਦੀ ਵਾਰ ਦੀ ਲਾਸ਼ ਲੁੱਟ ਪੈ ਗਈ ਓ ਜਿਹੜੀ ਆਂਦੀ ਜਲਦੀ ਪਰਦੇਸ ਚ ਉਜਾੜ ਗਈ ਏ ਮਰਹਬਾ ਮਰਹਬਾ ਸੈਨ ਫਿਜ਼ਾ ਕਾਸਾ ਨੇ ਬਨਨੇ ਕੋ ਛੱਡਾ ਏ ਆਂਦੀ ਅੰਮਾ ਮੈਂ ਕੋ ਇਹ ਦੱਸਾ ਲਾਸ਼ਾਂ ਤੇ ਵੈਨ ਕਿਵੇਂ ਕਰਨੇ ਨ ਸੈਨ ਫਿਜ਼ਾ ਖਜੜਾ ਵਾਰ ਦੇ ਲਾਸ਼ ਤੇ ਆਸੇ ਆਓ ਕਡੇਕ ਸੈਂ ਤੇ ਕੋ ਵੈਨ ਦਾ ਵੱਲ ਵੀ ਆਵੈ ਸੇ ਮਾਦਮੇ ਨੌਜਵਾਨੋ ਕਾਸਾ ਦੇ ਬਨਨੇ ਵਾਰ ਦੇ ਲਾਸ਼ ਤੇ ਏ ਉਹ ਚਰਨੀ ਇਧਰੋਂ ਕੇ ਆਂਦੀ ਏ ਉੱਠੇ ਜਾਗ ਵੇ ਸੇਰਿਆ ਵਾਲਿਆ ਸਾਦਾ ਮਾਤਮ ਉੱਠੇ ਜਾਗ ਵੇ ਸੇਰਿਆਂ ਵਾਲਿਆ ਕੋਈ ਖੈਰ ਦੇ ਖਬਰ ਸੁਣਾਵੇਂ ਤੇਰੇ ਸਿਰੇ ਖਾਕੇ ਚ ਰਲ ਗਏ ਨੇ ਥੋੜਾ ਗਾਲਾ ਵਾਪਸ ਲਾਵੇ ਮਰਹਬਾ ਮਾਂ ਹੁਸੈਨ ਦੀ ਰਾਜ ਹੋਵੇ ਚਲੋ ਆਖਰੀ ਵੈਣ ਕਰੇ ਨਾ ਅਸਗਰ ਬਾਈ ਹਰ ਕੋਈ ਜਾਣੇ ਪਰਦੇ ਚ ਅਮੀਰਾਂ ਦੇ ਧੀਆਂ ਬਜ਼ੁਰਗ ਗਰੀਬਾਂ ਦੀਆਂ ਧੀਆਂ ਪਤਾ ਨੀ ਅਮੀਰ ਦੇ ਕਿਹੜੀਏ ਹਰੇਕ ਦੇ ਕਿਹੜੀਏ ਕਾਸਾ ਨੇ ਮਨੀ ਚਾਰ ਵੈਣ ਕੀਤੇ ਨੇ ਕਾਸਾ ਨੇ ਟੁਕੜਿਆ ਕੋਈ ਜਵਾਬ ਨੀ ਦਿੱਤਾ ਭਲਵਾ ਇਹੋ ਜਿਹਾ ਵੈਣ ਕੀਤਾ ਹੈ ਚਿਹਰੇ ਤੇ ਮਾਤਮ ਕੀਤਾ ਹੈ ਰੁੰਡੀਏ ਤੇ ਰੋ ਕੇ ਆਉਂਦੀ ਹੈ ਤੋਏ ਅਮੀਰ ਦਾ ਪੁੱਤਰ ਅਮੀਰ ਜੋ ਹੈ ਤੇ ਕੋ ਮਿਲਣ ਗਰੀਬ ਦੇ ਧਿਆਈਏ ਉਹ ਮੇਰੇ ਪੇਕੇ ਸਾਵਰੇ ਮਾਰੇ ਗਏ ਤੇ ਕੋ ਮਿਲਣ ਫੇਰਾਵਾ ਮੋਈਆ ਜੀ ਸਈਆ ਦਾਦਾ ਮੈਂ ਨੌਕਰਾਂ ਜੀ ਮੈਂ ਨੌਕਰਾਂ ਜਿਹੜੇ ਹਲਕੇ ਦੇ ਮਾਤਮੀ ਹੋ ਵੱਧ ਹੱਥ ਚਾਹੋ ਜਿਹੜੇ ਹਲਕੇ ਦੇ ਮਾਤਮੀ ਹੋ ਹੱਥ ਚਾਹੋ ਮੇਰੇ ਨਾਲ ਵਾਦਾ ਕਰੋ ਅਬਾਦ ਅੱਲਾ ਦੀ ਕਸਮ ਕਾਸਾ ਦੀ ਬਲੀ ਚਿਹਰੇ ਤੇ ਮਾਤਮ ਕੀਤਾ ਹੈ ਉੱਚਾ ਰੁਨੀਏ ਤੇ ਰੋ ਕੇ ਆਉਂਦੀ ਹੈ ਤੋਂ ਅਮੀਰ ਦਾ ਪੁੱਤਰ ਅਮੀਰ ਜੋ ਹੈ ਤੇ ਕੋ ਮਿਲਣ ਗਰੀਬ ਦੇ ਧੀਆਈ ਉਹ ਮੇਰੇ ਪੇਕੇ ਸਾਵਰੇ ਮਾਰੇ ਗਏ ਤੇ ਕੋ ਮਿਲਣ ਫੇਰਾਵਾ ਮੋਈਆ ਉਹ ਮੈਂ ਕਾਂਡਾ ਸਤਾ ਸੇ ਮੈਂ ਕਿਲ ਮੈਂ ਮਾਦਤ ਕਬੂਲ ਫਰਮਾਵੇ ਇਲਾਨ ਇਹ ਥੇ